ਮਜੀਠਾ ਰੋਡ ਫਰੈਂਡ ਕਾਲੋਨੀ ਵਿੱਚ ਰਹਿਣ ਵਾਲੇ ਸੁਰਜੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਨੂੰਹ ਅਮਰਜੀਤ ਕੌਰ ਤੇ ਮਾਰਪੀਟ ਕਰਨ ਅਤੇ ਜਬਰਨ ਜਾਇਦਾਦ ਵਿੱਚ ਹਿੱਸਾ ਮੰਗਣ ਦੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਸਦਾ ਬੇਟਾ ਪਰਮਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿੱਚ ਰਹਿੰਦਾ ਹੈ, ਜਿਸਦੀ ਪਤਨੀ ਅਮਰਜੀਤ ਕੌਰ ਹਮੇਸ਼ਾ ਹੀ ਉਸਦੇ ਨਾਲ ਮਾਰਪੀਟ ਕਰ ਜਬਰਨ ਜਾਇਦਾਦ ਵਿੱਚ ਹਿੱਸਾ ਮੰਗਦੀ ਰਹਿੰਦੀ ਹੈ ਅਤੇ ਅਕਸਰ ਉਸਦੇ ਨਾਲ ਗਾਲੀ ਗਲੋਚ ਕਰ ਮਾਰਪੀਟ ਕਰਦੀ ਰਹਿੰਦੀ ਹੈ, ਜਿਸਦੀ ਵਜ੍ਹਾ ਨਾਲ ਉਸਦਾ ਜੀਣਾ ਮੁਸ਼ਕਿਲ ਹੋ ਗਿਆ। ਉਸਦੀ ਇਹ ਗਲਤ ਹਰਕਤਾਂ ਦੀ ਵਜ੍ਹਾ ਤੋਂ ਉਹਨਾਂ ਨੇ ਦੋਨਾਂ ਪਤੀ ਪਤਨੀ ਨੂੰ ਪਹਿਲਾਂ ਤੋਂ ਹੀ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ। ਹੁਣ ਕੁਝ ਦਿਨਾਂ ਤੋਂ ਫਿਰ ਉਸਦੀ ਨੂੰਹ ਅਮਰਜੀਤ ਕੌਰ ਉਸਨੂੰ ਤੰਗ ਪਰੇਸ਼ਾਨ ਕਰ ਰਹੀ ਹੈ, ਜਿਸਦੀ ਸ਼ਿਕਾਇਤ ਇਲਾਕੇ ਦੇ ਥਾਣਾ ਸੰਬੰਧੀ ਅਧਿਕਾਰੀ ਨੂੰ ਦਿੱਤੀ ਗਈ ਸੀ, ਪਰ ਪਿਛਲੇ 5 ਦਿਨਾਂ ਤੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸ਼ੁਰੂ ਤੋਂ ਮਾਮਲਾ ਭੇਜਿਓ ਵਿਆਹ ਹੀ ਹੈ ਨਾ, ਸਾਡੇ ਨਾਲ ਦੀ ਬਣੇ ਨਹੀਂ ਗਏ, ਬਣੇ ਨਹੀਂ ਆਉਂਦੇ ਇਹਨਾਂ ਨੂੰ, ਕੁੱਦ ਕੁੱਦ ਪੈਂਦੀ ਕੁੱਟਦੀ ਆ, ਗੰਦਾ ਗੰਦਾ ਬੋਲਦੇ, ਜਿਹੜਾ ਸਾਹਿਬ ਨੂੰ ਬਹੁਤ ਹੀ ਚੱਲ। ਇਸੇ ਗੱਲੋਂ ਇਸੇ ਗੱਲੋਂ ਹੀ ਇਹੀ ਗੱਲ ਆ ਕਿ ਇਹਨਾਂ ਨੂੰ ਘਰ ਨਹੀਂ ਵੜਨ ਦੇਣਾ ਨਿਆਣਿਆਂ ਨੂੰ, ਬਸ ਹਾਂਜੀ ਇਹ ਸਮਝ ਦੇਣਾ ਨੂੰ, ਜਦੋਂ ਕਿ ਬੀਬੀ ਨੇ ਆਖਿਆ ਤੈਨੂੰ ਬੇਦਖਲ ਕੀਤਾ ਹੋਇਆ। ਹਾਂ ਹਾਂਜੀ ਪ੍ਰੋਪਰਟੀ ਸਾਰੀ ਦੱਸਦੀ ਨਾ ਤੇ, ਹਾਂਜੀ ਹਾਂਜੀ ਇਹਨਾਂ ਦੇ ਨਾਮ ਤੇ ਹੀ ਆ। ਅੰਮ੍ਰਿਤਸਰ ਤੋਂ ਸਨੀ ਸਹੂਤਾ ਦੀ ਰਿਪੋਰਟ, ਚੈਨਲ 2।